ਉੱਠ ਕੇ ਮਾਰੀ ਮੇਰੀ ਕੁੜੀ, ਮੇਰੀ ਕੁੜੀ ਮਾਰਤੀ ਇਹਨਾਂ ਨੇ। ਮਾਪਿਆਂ ਨੇ ਆਪਣੀ ਧੀ ਦੇ ਜਵਾਨ ਹੋਣ ਤੇ ਸੋਹਣਾ ਜਵਾਈ ਲੱਭ ਕੇ ਵਿਆਹ ਕਰ ਦਿੱਤਾ। 23 ਸਾਲ ਦੀ ਖੁਸ਼ਬੂ ਦਾ ਵਿਆਹ ਗਗਨਦੀਪ ਦੇ ਨਾਲ 1.5 ਸਾਲ ਪਹਿਲਾਂ ਹੋਇਆ ਸੀ। ਵਿਆਹ ਨੂੰ 2 ਸਾਲ ਹਲੇ ਜੂਨ ਦੇ ਵਿੱਚ ਹੋਣੇ ਹੈ, ਪਰ ਇਸ ਤੋਂ ਪਹਿਲਾਂ ਹੀ ਮੰਦਭਾਗੀ ਘਟਨਾ ਵਾਪਰੀ ਹੈ। ਦੱਸ ਦਈਏ ਕਿ 4 ਮਹੀਨੇ ਦੀ ਗਰਭਵਤੀ ਔਰਤ ਸੀ ਖੁਸ਼ਬੂ, ਉਸ ਤੋਂ ਪਹਿਲਾਂ ਹੀ ਉਸਨੂੰ ਮਾਰ ਦਿੱਤਾ ਗਿਆ ਜਾਂ ਫਿਰ ਉਹ ਮਰ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਧੀ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਉਸਦੇ ਬਾਹਾਂ 'ਤੇ ਨਿਸ਼ਾਨ ਸੀ, ਮੂੰਹ ਦੇ ਵਿੱਚੋਂ ਖੂਨ ਆ ਰਿਹਾ ਸੀ, ਨੱਕ ਦੇ ਵਿੱਚੋਂ ਖੂਨ ਆ ਰਿਹਾ ਸੀ। ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਗਗਨ ਖੁਸ਼ਬੂ ਤੋਂ ਪੈਸੇ ਮੰਗਦਾ ਸੀ ਦਿਨ ਰਾਤ। ਜਦੋਂ ਵਿਆਹ ਕੀਤਾ ਗਿਆ ਸੀ ਉਦੋਂ ਇਹ ਕਿਹਾ ਗਿਆ ਸੀ ਕਿ ਕਰਿਆਨੇ ਦੀ ਦੁਕਾਨ ਚਲਾਉਂਦਾ ਗਗਨ, ਪਰ ਹੁਣ ਜਦੋਂ ਪਤਾ ਲੱਗਿਆ ਵਿਆਹ ਤੋਂ ਬਾਅਦ ਕਿ ਉਹ ਕਦੇ ਦੁਕਾਨ ਦੇ ਵਿੱਚ ਵੜਿਆ ਤੱਕ ਨਹੀਂ। ਇਹ ਦੁਕਾਨ ਗਗਨ ਨਹੀਂ ਸਗੋਂ ਉਸਦੀ ਮਾਂ ਯਾਨੀ ਕਿ ਖੁਸ਼ਬੂ ਦੀ ਸੱਸ ਚਲਾ ਰਹੀ ਸੀ। ਜਦੋਂ ਉਹ ਗਗਨ ਨੂੰ ਕੰਮਕਾਰ ਕਰਨ ਦੇ ਲਈ ਕਹਿੰਦੇ ਸੀ ਤਾਂ ਉਹ ਲੜਾਈ ਕੁੱਟ ਕਰਦਾ ਸੀ, ਮਾਰ ਕੁਟਾਈ ਕਰਦਾ ਸੀ, ਬਾਰ ਬਾਰ ਖੁਸ਼ਬੂ ਤੋਂ ਪੈਸੇ ਮੰਗਦਾ ਸੀ। 23 ਸਾਲਾ ਖੁਸ਼ਬੂ ਇਹ ਸਾਰੀਆਂ ਚੀਜ਼ਾਂ ਤੋਂ ਪਰੇਸ਼ਾਨ ਹੋਣ ਦੇ ਬਾਵਜੂਦ ਵੀ 1.5 ਸਾਲ ਤੋਂ ਇਸੇ ਘਰ ਦੇ ਵਿੱਚ ਰਹਿ ਰਹੀ ਸੀ। ਜਦੋਂ ਵੀ ਕੋਈ ਮਨਮਟਾਵ ਹੁੰਦਾ ਸੀ ਤਾਂ ਘਰਦਿਆਂ ਦੇ ਵੱਲੋਂ ਇਕੱਠੇ ਬਹਿ ਕੇ ਸਮਝਾਇਆ ਜਾਂਦਾ ਸੀ ਅਤੇ ਉਸ ਤੋਂ ਬਾਅਦ ਫਿਰ ਗਗਨ ਪੈਸੇ ਦੀ ਮੰਗ ਕਰਨਾ ਸ਼ੁਰੂ ਕਰ ਦਿੰਦਾ ਸੀ। ਖੁਸ਼ਬੂ ਨੂੰ ਫੋਨ ਦੇ ਲਈ ਦਿੱਤੇ ਪੈਸੇ ਤੱਕ ਉਹ ਖਾ ਗਿਆ। ਪਤਾ ਲੱਗਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ। ਇਸ ਸਾਰੇ ਮਾਮਲੇ ਨੂੰ ਲੈ ਕੇ ਹੁਣ ਮਾਪਿਆਂ ਦੇ ਹੱਥ ਖਾਲੀ ਹੋ ਗਏ ਨੇ ਅਤੇ ਉਹ ਰੋਣ ਦੇ ਲਈ ਮਜਬੂਰ ਨੇ। ਖੁਸ਼ਬੂ ਇਸ ਦੁਨੀਆਂ ਦੇ ਵਿੱਚ ਨਹੀਂ ਰਹੀ। ਪੁਲਿਸ ਦੇ ਵੱਲੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਕਰੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਮਾਮਲਾ ਦਰਜ ਕਰ ਲਿਆ ਗਿਆ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ, ਪਰ ਫਿਲਹਾਲ ਕਈ ਜਾਣੇ ਫਰਾਰ ਦੱਸੇ ਜਾ ਰਹੇ ਨੇ, ਜਦੋਂ ਕਿ ਘਰ ਦੇ ਵਿੱਚ ਮੌਜੂਦ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਸ ਤੋਂ ਇਲਾਵਾ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁਝ ਹੋਰ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ, ਜਿਸ ਦੀ ਸ਼ਹਿ 'ਤੇ ਸਾਰਾ ਕਾਂਡ ਹੋਇਆ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਖੁਸ਼ਬੂ ਦੀ ਲਾਸ਼ ਜ਼ਮੀਨ 'ਤੇ ਪਈ ਮਿਲੀ, ਜਦੋਂ ਕਿ ਕਿਹਾ ਇਹ ਗਿਆ ਸੀ ਕਿ ਉਸਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੀ ਹੈ। ਘਰਦਿਆਂ ਦਾ ਕਹਿਣਾ ਕਿ ਸਾਨੂੰ ਅਜਿਹਾ ਕੁਝ ਨਹੀਂ ਲੱਗਦਾ ਕਿ ਉਹਨੇ ਖੁਦਕੁਸ਼ੀ ਕੀਤੀ ਹੈ, ਕਿਉਂਕਿ 3 ਮਹੀਨੇ ਪਹਿਲਾਂ ਵੀ ਜਦੋਂ ਉਸਨੂੰ ਸਮਝਾ ਕੇ ਵਾਪਸ ਰਹਿਣ ਦੇ ਲਈ ਭੇਜਿਆ ਗਿਆ ਸੀ ਤਾਂ ਉਸ ਸਮੇਂ ਵੀ ਗਗਨ ਦੇ ਨਾਲ ਉਹ ਠੀਕ ਤਰ੍ਹਾਂ ਰਹਿ ਰਹੀ ਸੀ, ਪਰ ਸਹੁਰਾ ਪਰਿਵਾਰ ਨਿੱਤ ਦਿਨ ਖੁਸ਼ਬੂ ਨੂੰ ਤੰਗ ਕਰਦਾ ਸੀ। ਇਸ ਦੇ ਚਲਦੇ ਖੁਸ਼ਬੂ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਰਹੀ। ਨੱਕ ਚੋਂ ਖੂਨ ਵਗਿਆ ਆ, ਮੂੰਹ ਚੋਂ ਖੂਨ ਵਗਿਆ ਆ, ਬਾਹ ਤੇ ਖੂਨ ਦੇਖੋ ਕਿੰਨਾ ਲੱਗਾ ਆ। ਇਹਨਾਂ ਨੇ ਕੁੱਟ 1.5 ਸਾਲ ਹੋਇਆ ਜੀ, ਜੂਨ 'ਚ 2 ਸਾਲ ਹੋਣੇ ਆ ਜੀ। ਕੀ ਕਰਦਾ ਉਹਨੂੰ ਫੋਨ ਕੀਤਾ ਇਹਨਾਂ ਨੇ ਵੀ ਕੁੜੀ ਨੇ ਸੁਸਾਈਡ ਕਰ ਲਈ ਹੈ, ਤੇ ਮੇਰੇ ਮੁੰਡੇ ਨੇ ਸਾਨੂੰ ਫੋਨ ਕੀਤਾ ਤਾਂ ਫਿਰ ਅਸੀਂ ਆਏ। ਕੁੜੀ ਦੀ ਬਾਡੀ ਦੇਖ ਲਓ ਕਿੱਦਾਂ ਥੱਲੇ ਪਈ ਹੈ, ਖੂਨ ਮੂੰਹ ਚੋਂ ਏਦਾਂ ਗਲੇ ਦੇ ਉੱਤੇ ਦੇਖੋ ਕਿੱਦਾਂ ਉਹ ਮਾਰ ਮਾਰ ਕੇ ਜਿੱਦਾਂ ਮਾਰ ਕਟਾਈ ਕੀਤੀ, ਤੁਸੀਂ ਆਪ ਦੇਖੋ ਮਾਰ ਕਟਾਈ ਕੀਤੀ ਗਈ ਹੈ ਜੀ, ਬੁਰੀ ਤਰ੍ਹਾਂ ਕੀਤੀ ਗਈ ਮਾਰ ਕਟਾਈ। ਹੁਣ ਵੀ 3 ਮਹੀਨੇ ਪਹਿਲਾਂ ਮੀਟਿੰਗ ਕਰਕੇ ਭੇਜੀ ਆ। ਚਾਵਾਂ ਨਾਲ ਵਿਆਹ ਕਰਕੇ ਸਹੁਰੇ ਘਰ ਭੇਜੀ ਕੁੜੀ ਦੀ ਅੱਜ ਲਾਸ਼ ਜਦੋਂ ਲੈਣ ਪਿਤਾ ਆਏ ਤਾਂ ਉਹਨਾਂ ਦੀਆਂ ਤਾਹਾਂ ਨਿਕਲ ਗਈਆਂ। ਉਹਨਾਂ ਦਾ ਕਹਿਣਾ ਸੀ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰੀ ਬੱਚੀ ਨਾਲ ਅਜਿਹਾ ਹੋ ਜਾਣ। ਖੁਸ਼ਬੂ ਦੀ ਮੌਤ ਦੇ ਬਾਰੇ ਉਸਦੇ ਮਾਪਿਆਂ ਨੂੰ ਦੱਸਿਆ ਤੱਕ ਨਹੀਂ ਗਿਆ। ਕਿਸੇ ਤੀਸਰੇ ਜਗ੍ਹਾ 'ਤੇ ਫੋਨ ਕਰਨ ਤੋਂ ਬਾਅਦ ਮਾਪਿਆਂ ਨੂੰ ਪਤਾ ਲੱਗਿਆ ਕਿ ਖੁਸ਼ਬੂ ਇਸ ਦੁਨੀਆਂ 'ਚ ਨਹੀਂ ਰਹੀ। ਅਜਿਹੇ ਲੋਕ ਹੀ ਮਾਪਿਆਂ ਨੂੰ ਮਜਬੂਰ ਕਰਦੇ ਨੇ ਕਿ ਉਹ ਆਪਣੇ ਘਰ ਦੇ ਵਿੱਚ ਧੀਆਂ ਨਹੀਂ ਚਾਹੁੰਦੇ। ਹੁਣ ਤੱਕ ਵੀ ਜੇਕਰ ਧੀਆਂ ਦਾ ਇਹ ਹਾਲ ਹੋਵੇਗਾ ਤਾਂ ਕਿਸ ਤਰ੍ਹਾਂ ਦੇ ਨਾਲ ਕੋਈ ਮਾਂ ਬਾਪ ਇਹ ਚੀਜ਼ਾਂ ਬਰਦਾਸ਼ਤ ਕਰ ਸਕਣਗੇ। ਅੱਜ ਕੰਟਰੋਲ ਰੂਮ ਤੋਂ ਨਾ ਇਤਲਾਹ ਮਿਲੀ ਸੀ ਵੀ ਕੋਈ ਲੜਕੀ ਇੱਥੇ ਸੁਸਾਈਡ ਕਰ ਲਈ ਹੈ, ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਲੜਕੀ ਖੁਸ਼ਬੂ ਜਿਹਦੀ ਉਮਰ ਉਹਦੀ 23-24 ਸਾਲ ਹੈ ਅਤੇ ਇੱਥੇ ਬੈੱਡ 'ਤੇ ਪਈ ਸੀ, ਅਤੇ ਅਸੀਂ ਫੋਰੈਂਸਿਕ ਲੈਬ ਟੀਮਾਂ ਅਤੇ ਆਪਣੇ ਸੀਨੀਅਰ ਅਫਸਰਾਂ ਇੱਥੇ ਵੈਰੀਫਾਈ ਕਰਕੇ ਗਏ ਹੈ ਅਤੇ ਇਸ ਦੀ ਡੈੱਡ ਬੋਡੀ ਨੂੰ ਅਸੀਂ ਸਿਵਲ ਹਸਪਤਾਲ ਮੋਰਚੀ 'ਚ ਰੱਖਣ ਭੇਜਣ ਲੱਗੇ। ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ। ਦੱਸ ਦਈਏ ਕਿ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੰਦੇ ਹੋਏ ਪੁਲਿਸ ਵਾਲਿਆਂ ਨੇ ਕਿਹਾ ਕਿ ਸਾਡੇ ਕੋਲ ਜਿਹੜੀ ਜਾਣਕਾਰੀ ਪਹੁੰਚੀ ਹੈ ਉਸ ਦੇ ਆਧਾਰ 'ਤੇ ਹੀ ਅਸੀਂ ਕਾਰਵਾਈ ਕਰਾਂਗੇ। ਦੱਸ ਦਈਏ ਕਿ ਖੁਸ਼ਬੂ ਦੀ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ। ਕੰਟਰੋਲ ਰੂਮ 'ਤੇ ਜਾਣਕਾਰੀ ਪਹੁੰਚਣ ਤੋਂ ਬਾਅਦ ਪੁਲਿਸ ਇੱਥੇ ਪਹੁੰਚੀ ਅਤੇ ਸਾਰੇ ਮਾਮਲੇ ਦੀ ਤਫਤੀਸ਼ ਡੂੰਘਾਈ ਦੇ ਨਾਲ ਕੀਤੀ ਜਾ ਰਹੀ ਹੈ। ਦੇਖੋ ਇਸ ਬਾਰੇ ਹਾਲੇ ਤਾਂ ਦੋਨੇ ਪਾਸੇ ਗੱਲਾਂ ਚੱਲ ਰਹੀਆਂ, ਬਾਕੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਜੋ ਹੋ ਜਾਏਗਾ ਜਿੱਦਾਂ ਦੀ ਹੋਊਗਾ ਉੱਦਾਂ ਦੀ ਕਾਰਵਾਈ।
ਡੇਢ ਸਾਲ ਤੋਂ ਖੁਸ਼ਬੂ ਦੇ ਨਾਲ ਇਸ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਸੀ ਇਹ ਤਾਂ ਉਹੀ ਭਲੀ ਭਾਂਤ ਜਾਣਦੀ ਹੈ। ਕਾਫੀ ਵਾਰ ਉਹਨੇ ਕੋਸ਼ਿਸ਼ ਕੀਤੀ ਆਪਣੇ ਘਰਦਿਆਂ ਨੂੰ ਸਾਰੀ ਗੱਲਬਾਤ ਦੱਸਣ ਦੀ, ਪਰ ਉਸਨੂੰ ਸਮਝਾ ਕੇ ਵਾਪਸ ਭੇਜ ਦਿੱਤਾ। ਲਾਲਚੀ ਸਹੁਰੇ ਪਰਿਵਾਰ ਦੇ ਵਿੱਚ ਫਸੀਆਂ ਕੁੜੀਆਂ ਨੂੰ ਆਖਿਰਕਾਰ ਕੀ ਕਰਨਾ ਚਾਹੀਦਾ? ਅਸੀਂ ਤੁਹਾਡੇ ਤੋਂ ਕਮੈਂਟਾਂ ਰਾਹੀਂ ਪੁੱਛਣਾ ਚਾਹਾਂਗੇ ਕਿ ਅਜਿਹੇ ਲੋਕਾਂ ਦੇ ਨਾਲ ਕੀ ਕੁਝ ਕੀਤਾ ਜਾਵੇ, ਅਤੇ ਮਾਪੇ ਆਪਣੇ ਘਰ ਪਰਿਵਾਰ ਦੇ ਲਈ ਕੁੜੀਆਂ ਨੂੰ ਇੰਨਾ ਸਮਝਦਾਰ ਅਤੇ ਵਰ ਚੁਣਨ ਦੇ ਲਈ ਕਿਵੇਂ ਬਣਾ ਦੇਣ ਕਿ ਉਹਨਾਂ ਦੇ ਨਾਲ ਕਦੇ ਕੋਈ ਮੰਦਭਾਗੀ ਘਟਨਾ ਨਾ ਵਾਪਰੇ। ਬਹੁਤ ਸਾਰੀਆਂ ਕੁੜੀਆਂ ਅਜਿਹਾ ਕਰਦੀਆਂ ਨੇ ਕਿ ਸੱਚਾਈ ਘਰਦਿਆਂ ਤੱਕ ਪਹੁੰਚਣ ਨਹੀਂ ਦਿੰਦੀਆਂ, ਜਿਸ ਕਰਕੇ ਗੱਲ ਵੱਧਦੀ ਵੱਧ ਜਾਂਦੀ ਹੈ ਅਤੇ ਉਸਦਾ ਅੰਤ ਮਾੜਾ ਨਿਕਲਦਾ। ਕੁੜੀਆਂ ਨੂੰ ਵਿਆਹ ਕੇ ਮਾਪੇ ਮਜਬੂਰ ਹੋ ਜਾਂਦੇ ਨੇ ਅਜਿਹੇ ਲਾਲਚੀ ਸਹੁਰਿਆਂ ਦੇ ਅੱਗੇ, ਜਿੱਥੇ ਉਹਨਾਂ ਦੀ ਕੁੜੀ ਨੇ ਰਹਿਣਾ ਹੋਵੇ, ਵਸਣਾ ਵੀ ਹੋਵੇ, ਪਰ ਦੂਸਰੇ ਪਾਸੇ ਉਹਨਾਂ ਨੂੰ ਦਿਨ ਰਾਤ ਇਹ ਚਿੰਤਾ ਖਾਂਦੀ ਹੋਵੇ ਕਿ ਮੇਰੀ ਬੱਚੀ ਉਸ ਘਰ ਦੇ ਵਿੱਚ ਠੀਕ ਵੀ ਹੈ ਜਾਂ ਫਿਰ ਨਹੀਂ। ਸਮਾਜ ਨੂੰ ਦੇਖਦੇ ਹੋਏ ਉਹ ਆਪਣੀ ਬੱਚੀਆਂ ਨੂੰ ਸਮਝਾ ਬੁਝਾ ਕੇ ਵਾਪਸ ਤਾਂ ਭੇਜ ਦਿੰਦੇ ਨੇ, ਪਰ ਖੁਦ ਵੀ ਅੰਦਰੋਂ ਅੰਦਰ ਹੀ ਇਸ ਤਕਲੀਫ ਦੇ ਵਿੱਚ ਰਹਿੰਦੇ ਨੇ ਕਿ ਸਾਡੀ ਧੀਆਂ ਦੇ ਨਾਲ ਉੱਥੇ ਕਿਹੋ ਜਿਹਾ ਸਲੂਕ ਹੁੰਦਾ ਹੋਵੇਗਾ। ਕਈ ਵਾਰ ਇਹ ਸੋਚ ਕੇ ਹੀ ਵਾਪਸ ਭੇਜ ਦਿੱਤਾ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਠੀਕ ਹੋਵੇਗਾ, ਅਤੇ ਹਰ ਕੋਈ ਇਹ ਉਦਾਹਰਣਾਂ ਦਿੰਦਾ ਹੈ ਕਿ ਸਾਡੇ ਨਾਲ ਜਦੋਂ ਅਜਿਹਾ ਕੁਝ ਵਾਪਰਿਆ ਸੀ ਤਾਂ ਅਸੀਂ ਇਹੀ ਫੈਸਲਾ ਲਿਆ ਸੀ। ਇੱਕ ਝਟਕੇ ਦੇ ਵਿੱਚ ਕਿਸੇ ਵੀ ਰਿਸ਼ਤੇ ਨੂੰ ਛੱਡ ਦੇਣਾ ਬਿਲਕੁਲ ਵੀ ਸਮਝਦਾਰੀ ਤਾਂ ਨਹੀਂ ਹੈ, ਪਰ ਅਜਿਹੇ ਲਾਲਚੀ ਸਹੁਰਾ ਪਰਿਵਾਰ ਦੇ ਅੱਗੇ ਆਪਣੀ ਕੁੜੀ ਨੂੰ ਮਜਬੂਰ ਹੋ ਕੇ ਛੱਡ ਦੇਣਾ ਵੀ ਸਹੀ ਨਹੀਂ ਹੈ। ਖੁਸ਼ਬੂ ਨੇ ਕਿਹੜੇ ਹਾਲਾਤਾਂ ਦੇ ਵਿੱਚ ਇਹ ਕਦਮ ਚੁੱਕਿਆ, ਕਿਸ ਤਰ੍ਹਾਂ ਦੇ ਨਾਲ ਉਸ ਨਾਲ ਕੁੱਟਮਾਰ ਕੀਤੀ ਹੋਣੀ ਹੈ, ਜਿਵੇਂ ਕਿ ਖੁਸ਼ਬੂ ਦੇ ਪਿਤਾ ਜੀ ਹੀ ਦੱਸਦੇ ਨੇ ਕਿ ਇਹ ਖੁਦਕੁਸ਼ੀ ਨਹੀਂ ਸਗੋਂ ਉਸਨੂੰ ਮੌਤ ਦੇ ਘਾਟ ਕੁੱਟ ਕੁੱਟ ਕੇ ਉਤਾਰਿਆ ਗਿਆ। ਗਰਭਵਤੀ ਖੁਸ਼ਬੂ ਆਪਣੇ ਆਉਣ ਵਾਲੇ ਦਿਨਾਂ ਦੇ ਲਈ ਚੰਗਾ ਭਵਿੱਖ ਸੋਚ ਰਹੀ ਹੋਣੀ ਹੈ, ਪਰ ਇਹਨਾਂ ਦਰਿੰਦਿਆਂ ਦੇ ਵੱਲੋਂ ਉਸਦਾ ਅੱਜ ਹੀ ਖਰਾਬ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮਾਪੇ ਹੁਣ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ, ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ, ਭਾਵੇਂ ਹੁਣ ਕੁਝ ਵੀ ਹੋ ਜਾਵੇ ਪਰ ਖੁਸ਼ਬੂ ਨੇ ਕਦੇ ਵੀ ਵਾਪਸ ਨਹੀਂ ਆ ਜਾਣਾ। 23-24 ਸਾਲ ਦੀ ਉਹ ਨਾਦਾਨ ਕੁੜੀ ਜਿਸਨੇ ਹਲੇ ਡੇਢ ਸਾਲ ਪਹਿਲਾਂ ਵਿਆਹ ਕੀਤਾ ਸੀ, ਕਿੰਨੇ ਚਾਵਾਂ ਦੇ ਨਾਲ ਵਿਆਹ ਕੇ ਉਹ ਗਗਨ ਨਾਮ ਦੇ ਇਸ ਮੁੰਡੇ ਦੇ ਘਰ ਲੁਧਿਆਣਾ ਦੇ ਵਿਖੇ ਰਹਿ ਰਹੀ ਸੀ, ਪਰ ਉਸਨੂੰ ਨਹੀਂ ਪਤਾ ਸੀ ਕਿ ਵਿਆਹ ਦਾ ਅੰਜਾਮ ਇਹ ਹੋ ਨਿਬੜਨਾ। ਵਿਆਹ ਦੇ ਡੇਢ ਸਾਲ ਦੇ ਅੰਦਰ ਹੀ ਉਸਨੇ ਉਹ ਕੁਝ ਦੇਖਿਆ ਜੋ ਉਹਨੇ ਕਦੇ ਸੋਚਿਆ ਤੱਕ ਨਹੀਂ ਸੀ। ਆਪਣੀ ਵਿਆਹੁਤਾ ਜ਼ਿੰਦਗੀ ਤੋਂ ਦੁਖੀ ਖੁਸ਼ਬੂ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ, ਅਤੇ ਪਿੱਛੇ ਉਸਦਾ ਸਾਰਾ ਪਰਿਵਾਰ ਇਹ ਗੱਲ ਸੋਚ ਸੋਚ ਕੇ ਤੜਫ ਰਿਹਾ, ਰੋ ਰਿਹਾ। ਉਸਦੇ ਪਿਤਾ ਜੀ ਇਹੀ ਕਹਿ ਰਹੇ ਨੇ ਕਿ ਮੇਰੀ ਕੁੜੀ ਨੂੰ ਇਹਨਾਂ ਪਾਪੀਆਂ ਨੇ ਮਾਰ ਦਿੱਤਾ। ਇਹਨਾਂ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਇਨਸਾਫ ਕਰਦੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੀ ਕੁਛ ਆਉਂਦਾ। ਕਮੈਂਟ ਕਰਕੇ ਜ਼ਰੂਰ ਦੱਸੋ ਕਿ ਮਜਬੂਰ ਮਾਪੇ ਆਖਿਰਕਾਰ ਕਰਨ ਕੀ ਜਦੋਂ ਅਜਿਹੇ ਸਹੁਰੇ ਉਹਨਾਂ ਨੂੰ ਟੱਕਰ ਜਾਂਦੇ ਨੇ। ਜਬ ਪੰਡਿਤ ਪ੍ਰਵੀਨ ਜੋਤਿਸ਼ ਜੀ ਕੇ ਪਾਸ ਹੈ ਆਪਕੀ ਹਰ ਸਮੱਸਿਆ ਕਾ ਸਮਾਧਾਨ, ਤੋ ਫਿਰ ਘਬਰਾਨੇ ਕੀ ਕਿਆ ਹੈ ਬਾਤ, ਆਪਕੀ ਹਰ ਸਮੱਸਿਆ ਕਾ ਸਮਾਧਾਨ ਕਰੇਂਗੇ ਵਿਸ਼ਵ ਕੇ ਨੰਬਰ 1 ਜੋਤਿਸ਼ ਐਵਮ ਸਵਰਨ ਪਦਕ ਵਿਜੇਤਾ ਪੰਡਿਤ ਪ੍ਰਵੀਨ ਜੋਤਿਸ਼ ਜੀ। ਅਗਰ ਆਪ ਵੀ ਕਿਸੀ ਸਮੱਸਿਆ ਕਾ ਹੱਲ ਪਾਣਾ ਚਾਹਤੇ ਹੋ ਤੋ ਆਜ ਹੀ ਕਰੇਂ ਸੰਪਰਕ। ਅਗਰ ਆਪ ਵਿਦੇਸ਼ ਜਾਣਾ ਚਾਹਤੇ ਹੈ ਯਾ ਵਹਾਂ ਪੱਕਾ ਹੋਣਾ ਚਾਹਤੇ ਹੈ, ਪਤੀ ਪਤਨੀ ਮੇਂ ਅਨਬਨ, ਮਾਂਗਲਿਕ ਦੋਸ਼, ਅਗਰ ਆਪਕਾ ਪਿਆਰ ਆਪਕੋ ਇਗਨੋਰ ਕਰਤਾ ਹੈ, ਗ੍ਰਹਿ ਕਲੇਸ਼, ਸੌਤਨ ਦੁਸ਼ਮਨ ਸੇ ਛੁਟਕਾਰਾ, माता पिता को शादी के लिए राजी करना चाहते हैं, रूठे प्रेमी प्रेमिका को मनाना, या अगर आप किसी परेशानी में फंसे हैं तो आज ही फोन करें पंडित प्रवीण ज्योतिष जी को। विश्व के नंबर 1 पंडित प्रवीण ज्योतिष जी आपके एक फोन पर ही करेंगे समस्या का समाधान। अभी कॉल करने के लिए डायल करें +91 94 600 1669।